ਅਸੀਂ ਕਸੌਲੀ ਦਾ ਜਿਹੜਾ ਛੋਟਾ ਮਿੰਨੀ ਬੱਸ ਸਟੈਂਡ ਆ ਉਹ ਤੋਂ ਥੋੜ੍ਹਾ ਜਿਹਾ ਪਹਿਲਾਂ ਅਸੀਂ ਲੈਫਟ ਮੁੜੇ ਹਾਂ, ਥੱਲੇ ਉਤਰ ਕੇ ਆਏ ਹਾਂ। ਇੱਧਰ ਕੋਈ ਪਿੰਡ ਨੇ ਛੋਟੇ ਛੋਟੇ, ਅਤੇ ਜਦੋਂ ਵੀ ਤੁਸੀਂ ਕਿਸੇ ਪਹਾੜ ਮਤਲਬ ਪਹਾੜੀ ਟੂਰਿਸਟ ਡੈਸਟੀਨੇਸ਼ਨ 'ਤੇ ਆਵੋ, ਸਭ ਤੋਂ ਪਹਿਲਾਂ ਇਹ ਧਿਆਨ 'ਚ ਰੱਖੋ ਕਿ ਜਿਹੜੀ ਮੇਨ ਡੈਸਟੀਨੇਸ਼ਨ ਹੁੰਦੀ ਹੈ ਜਿਵੇਂ ਸ਼ਿਮਲਾ, ਕੁਫਰੀ, ਕਸੌਲੀ ਜੋ ਵੀ ਆ, ਉਹ ਇੱਕ ਮਾਰਕੀਟ ਹੁੰਦੀ ਹੈ, ਉੱਥੇ ਇੱਕ ਛੋਟਾ ਜਿਹਾ ਸ਼ਹਿਰ ਹੁੰਦਾ ਬਸ। ਉਸ ਤੋਂ ਇਲਾਵਾ ਤੁਸੀਂ ਇੱਕ ਵਾਰੀ ਜਾਂਦੇ ਹੋ, ਦੋ ਵਾਰੀ ਜਾਂਦੇ ਹੋ, ਅਕਸਰ ਉੱਥੇ ਜਾ ਕੇ ਮੁੜ ਆਉਂਦੇ ਹੋ, ਤਾਂ ਫਿਰ ਸਵਾਦ ਨਹੀਂ ਆਉਂਦਾ ਇੰਨਾ ਉੱਥੇ ਦੇਖਣ ਦਾ। ਉਦੋਂ ਥੋੜ੍ਹਾ ਜਿਹਾ ਪਹਿਲਾਂ ਇੱਧਰ ਉੱਧਰ ਮੁੜ ਜਾਓ, ਥੋੜ੍ਹਾ ਜਿਹਾ ਪਿੱਛੋਂ ਇੱਧਰ ਉੱਧਰ ਮੁੜ ਜਾਓ, ਜਿਹੜੇ ਪਿੰਡ ਨੇ ਉਹਨਾਂ ਦੀਆਂ ਪਗਡੰਡੀਆਂ ਉਤਰੋ। ਹੁਣ ਅਸੀਂ ਉਤਰਾਂਗੇ ਇਹਨਾਂ ਪਗਡੰਡੀਆਂ 'ਤੇ, ਤੁਹਾਨੂੰ ਉਹ ਰਸਤਾ ਵੀ ਦਿਖਾਵਾਂਗੇ। ਅਸਲੀ ਜਿਹੜੀ ਖੂਬਸੂਰਤੀ ਆ ਪਹਾੜਾਂ ਦੀ, ਜੋ ਦੇਖਣ ਨੂੰ ਮਤਲਬ ਮਾਰਕੀਟਾਂ ਆਪਾਂ ਦੇਖਦੇ ਹਾਂ ਆਪਣੇ ਸ਼ਹਿਰਾਂ 'ਚ, ਆਪਣੇ ਪਿੰਡਾਂ 'ਚ ਵੀ ਦੇਖਦੇ ਹਾਂ ਉਹੀ ਮਾਰਕੀਟਾਂ, ਉਹੀ ਸਾਰਾ ਕੁਛ ਇੱਥੇ ਆ, ਸੇਮ ਫਰਕ ਨਹੀਂ ਹੈਗਾ। ਪਰ ਜਿਹੜੀ ਖੂਬਸੂਰਤੀ ਅਸਲੀ ਪਹਾੜਾਂ ਦੀ ਉਹ ਹੈਗੀ ਹੈ ਇਹਦੀਆਂ ਪਗਡੰਡੀਆਂ 'ਚ, ਇਹਦੇ ਛੋਟੇ ਛੋਟੇ ਪਿੰਡਾਂ 'ਚ, ਛੋਟੇ ਛੋਟੇ ਰਸਤਿਆਂ 'ਚ, ਉਹ ਅੱਜ ਤੁਹਾਨੂੰ ਦਿਖਾਵਾਂਗੇ। ਲਓ ਜੀ, ਰਸਤਾ ਆ ਗਿਆ, ਇਹੀ ਹੈ ਮੇਰੇ, ਇਹੀ ਹੈ। ਲਓ ਜੀ, ਹੁਣ ਅਸੀਂ ਪਗਡੰਡੀ ਹੈ, ਪਗਡੰਡੀ ਹੋ ਗਏ, ਰੂੜਾ ਡੰਡੀ ਜਾਵੇ ਨੀ ਡੰਡੀ, ਉਹ ਡੰਡੀ ਜਾਵੇ ਰੂੜਾ ਮੰਡੀ ਜਾਵੇ ਨੀ ਡੰਡੀ, ਉਹ ਡੰਡੀ ਜਾਵੇ। ਤੇ ਲਓ ਜੀ, ਓਹ ਇਹ ਨੀ ਕਰਨਾ, ਇਹ ਤਾਂ ਕਰਨਾ ਹੀ, ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਪੀਸ ਔਰ ਜਿਹੜੀ ਅਸਲੀ ਖੂਬਸੂਰਤੀ ਆ ਉਹ ਇਹਨਾਂ ਪਗਡੰਡੀਆਂ 'ਚ ਹੀ ਆ ਪਹਾੜਾਂ ਦੀ। ਬਈ ਮਾਰਕੀਟ ਨਹੀਂ ਦੇਖਣੀ ਇਸ ਤੋਂ ਅੱਜ ਦੇ ਬਾਅਦ, ਇੱਕ ਵਾਰੀ ਦੇਖ ਲੈ ਜਿਹੜੀ ਦੇਖ ਲਈ, ਕੁੱਲੂ ਮਨਾਲੀ ਸ਼ਿਮਲਾ ਸਭ। ਹੁਣ ਆਪਾਂ ਨੇ ਆਉਣਾ ਡੰਡੀਆਂ 'ਤੇ, ਫਰੂਟਸ 'ਤੇ, ਡੰਡੀਆਂ 'ਤੇ, ਪਗਡੰਡੀਆਂ 'ਤੇ। ਇੱਧਰ ਆਓ, ਉੱਪਰ ਜਾ ਕੇ ਆਹ ਥੱਲੇ ਸਾਰਾ ਦੇਖੋ ਯਾਰ, ਕਿੰਨੀਆਂ ਸੋਹਣੀਆਂ ਲੋਕੇਸ਼ਨਾਂ ਨੇ ਇਹ ਯਾਰ। ਆਹ ਦੇਖੋ ਬੱਦਲ ਤੁਰੇ ਫਿਰਦੇ, ਨਾ 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 ਮੈਂ ਦੇਖੀ ਕਦੇ, ਆਈ ਡੋਂਟ ਵਾਚ ਹੋਰਰ ਮੂਵੀਜ਼। ਕਿਸੇ ਦੀ ਅਣਗਹਿਲੀ ਕੀਤੀ ਹੋਈ, ਅਸੀਂ ਥੋੜ੍ਹੀ ਲੋਕੇਸ਼ਨ ਲੱਭਦੇ ਹੋਏ ਆਏ ਸੀ ਇੱਧਰ ਨੀਚੇ, ਰੈਕੀ ਕਰ ਰਹੇ ਸੀ। ਅਸੀਂ ਦੋ ਕੁਛ ਸੀਨ ਕਰਨੇ ਅੱਜ, ਅਤੇ ਅੱਜ ਹੀ ਆ ਕੇ ਅਸੀਂ ਪਹਿਲਾਂ ਰੈਕੀ ਕਰ ਰਹੇ ਹਾਂ, ਅਤੇ ਉਸ ਤੋਂ ਬਾਅਦ ਅਸੀਂ ਸ਼ਾਰਟ ਡਿਵੀਜ਼ਨ ਕਰਕੇ ਸ਼ੂਟ ਕਰ ਲੈਣਾ। ਦੋ ਹੀ ਸੀਨ ਨੇ, ਛੋਟੇ ਛੋਟੇ ਹੋ ਜਾਣੇ ਆ, ਅਤੇ ਟਾਈਮ ਆਪਣੇ ਕੋਲ ਖੁੱਲ੍ਹਾ ਹੈਗਾ। ਮੈਨੂੰ ਕਹਿ ਰਹੇ ਹੋ ਬਾਈ ਕੁਛ ਸਾਧੂਆਂ ਵਾਸਤੇ ਆਪਣਾ ਸਮਾਨ ਲੈ ਗਿਆ ਖਾਣ ਪੀਣ ਦਾ,
ਉਲਝ ਗਏ ਮਾਮਾ ਆ ਵੀ ਰੱਖੋ ਇੱਕ 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 ਰੱਖ ਲਓ ਆ ਤਾਂ ਪੂਰੀ ਰੱਖ ਲਾਂਗੇ ਦੇਖਦੇ ਸਰਦਾ ਤਾਂ ਨਹੀਂ ਸਨੈਕਸ ਲੈ ਲਏ ਸਨੈਕਸ ਆ ਵੀ ਸਨੈਕਸ ਲੈ ਲਏ ਇੱਕ ਮੁੰਡੇ ਦੀ ਸਪੈਸ਼ਲ ਰਿਕੁਆਇਰਮੈਂਟ ਸੀ ਕਹਿੰਦਾ ਸਨੈਕਸ ਖਾਸੇ ਲੈ ਲਏ ਆ ਬਨਾਨੇ ਲੈ ਲਏ ਆਪਾਂ ਨੇ ਥੋੜ੍ਹਾ ਜਿਹਾ ਕੰਮ ਚਲਾਓ ਮੈਂ ਇੱਕ ਪਤਾ ਸਮਾਨ ਲੈ ਲਿਆ ਸ਼ੋਪਿੰਗਾਂ ਕਰਤੀਆਂ ਸ਼ੋਪਿੰਗਾਂ ਚੱਲੀ ਚੱਲਦਾ ਮੈਂ ਸ਼ੋਪਿੰਗ ਕਰਨ ਆਏ ਸੀ ਅਸੀਂ ਸ਼ੂਟ ਚੱਲਦਾ ਛੱਡ ਕੇ ਮੁੰਡਿਆਂ ਨੂੰ ਲਾ ਕੇ ਕੰਮ ਦੇ ਅਤੇ ਸਿਆਣੇ ਸਿਆਣੇ ਬੰਦੇ ਅਸੀਂ ਇੱਧਰ ਆ ਗਏ ਹੁਣ ਫਿਰ ਉਹਨਾਂ ਨੂੰ ਖਵਾ ਪਿਆ ਕੇ ਕਰਕੇ ਕੰਡੇ 'ਤੇ ਫਿਰ ਉਹਨਾਂ ਨੂੰ ਕਹਿਣਾ ਵੀ ਹੁਣ ਆਥਣ ਤੱਕ ਤੁਸੀਂ ਥੱਲੀ ਰਹੋ ਉੱਪਰ ਨਾ ਚੜਿਆ ਪਹਾੜੀ 'ਤੇ ਕੈਮਰਾ ਰੋਲ ਹੋ ਗਿਆ ਸ਼ੂਟ ਸ਼ੁਰੂ ਹੋ ਗਿਆ ਤੁਹਾਨੂੰ ਲੈ ਕੇ ਚੱਲਦੇ ਹਾਂ ਉੱਥੇ ਵੀ ਕੀ ਕਰ ਰਹੇ ਹਾਂ ਅਸੀਂ ਗੋਰੀਲਾ ਸ਼ੂਟ ਕਿਵੇਂ ਕਰੀਦਾ ਉਹ ਵੀ ਤੁਹਾਨੂੰ ਦਿਖਾਉਣੇ ਆ ਫਿਲਹਾਲ ਤੁਸੀਂ ਦੇਖੋ ਮੈਂ ਮੌਸਮ ਪੂਰਾ ਬੇਵਫਾ ਟਾਈਮ ਟਾਈਮ 'ਤੇ ਰੰਗ ਬਦਲ ਰਿਹਾ ਕਦੇ ਜਮਾਂ ਹੀ ਧੁੱਪੇ ਨਿਕਲ ਆਉਂਦੀ ਹੈ ਕਦੇ ਬੱਦਲ ਆ ਕੇ ਪੈਰਾਂ 'ਚ ਵੱਜਣ ਲੱਗ ਜਾਂਦੇ ਆ ਕਹਿੰਦੇ ਉਸਤਾਦ ਜੀ ਤੁਸੀਂ ਕਿਵੇਂ ਆਏ ਮਤਲਬ ਸਿਰਾ ਹੋਇਆ ਹੋਇਆ ਕਈ ਰੁੱਤਾਂ ਦੇਖ ਲਈਆਂ ਜਦੋਂ ਦੇ ਆਇਆ ਥੋੜ੍ਹੀਆਂ ਕਣੀਆਂ ਵੀ ਪੈ ਗਈਆਂ ਧੁੱਪ ਵੀ ਪੈ ਗਈ ਕੜਕ ਦੀ ਅਤੇ ਬੱਦਲ ਵੀ ਆ ਗਏ ਆਪਣੇ ਕੋਲ ਕਹਿੰਦੇ ਤੁਹਾਡੀ ਵੇਟ ਕਰ ਰਹੇ ਸੀ ਅਸੀਂ ਬੜੇ ਟਾਈਮ ਤੋਂ ਹੁਣ ਦੇਖਦੇ ਹਾਂ ਅਗਲੀ ਕਾਰਵਾਈ ਕੀ ਪਾਉਂਦਾ ਇੰਦਰ ਦੇਵਤਾ ਉਹਨਾਂ ਟਾਈਮ ਫਿਰ ਆਪਾਂ ਕਾਰਵਾਈਆਂ ਪਾਉਣ 'ਤੇ ਲੱਗੀ ਹੋਏ ਹਾਂ ਲਓ ਜੀ ਮੀਂਹ ਪੈਣ ਲੱਗ ਗਿਆ ਥੋੜ੍ਹਾ ਥੋੜ੍ਹਾ ਬੱਦਲ ਆ ਗਏ ਅਤੇ ਉੱਧਰ ਆਪਣੇ ਜਵਾਨ ਸ਼ੂਟ ਵੀ ਕਰਨ ਲੱਗੇ ਹੋਏ ਨੇ ਆਪਾਂ ਚੱਲਦੇ ਹਾਂ ਉੱਥੇ ਹਾਂਜੀ ਜੀ ਅੱਜ ਤੁਹਾਨੂੰ ਔਨ ਸੈੱਟ ਲੈ ਚੱਲੀਏ ਕਿਵੇਂ ਵਿਜ਼ੀਬਿਲਟੀ ਹੈਗੀ ਅਠਾਰਾਂ ਸੌ ਤੋਂ ਪਹਿਲਾਂ ਅੰਗਰੇਜ਼ ਇੰਗਲਿਸ਼ ਆਰਮੀ ਦੀਆਂ ਖਬਰਾਂ ਨੇ ਬੰਗਾਲ 'ਚ ਕੰਮ ਕਰਦੀ ਹੋਰ ਕੈਮਰੇ ਤੇ ਨੀ ਮਾਰਨਾ ਠੀਕ ਹੈ ਚਲੋ ਹੋ ਜਾ ਪਿੱਛੇ ਆਹੀ ਚੀਜ਼ ਹੈ ਨਾ ਇਹਨੂੰ ਇੱਥੇ ਤੱਕ ਜਾਓ ਅੱਛਾ ਅੱਛਾ ਤੁਸੀਂ ਇੱਥੇ ਆਓ ਔਰ ਆਹ ਇੱਥੇ ਰਹੋ ਪਿਆਨਾ ਕਰ ਲਈ ਯਾਰ ਪਿਆ ਕਰ ਲਈ ਹੈ ਨਾ ਭਾਜੀ ਫਰੇਮ ਕਰ ਲਓ ਕਿਉਂਕਿ ਫਿਰ ਨਾ ਇਹਦਾ ਗੇਨ ਬਹੁਤ ਆ ਰਿਹਾ ਜ਼ਿਆਦਾ ਕਰ ਲਓ ਫਿਰ ਤਾਰੋ ਕਿੱਦੇ ਹੋਈ
मौसम तुसी देख ही रहे हो किन्नियां करवटां बदल रहा है, पीछे शूट चल रहा है अपना। बहुता ताम झाम नहीं है, कैमरा गिम्बल है, कैमरामैन है एक नाल है मुंडा ते कैरेक्टर है, बस काम चल रहा है। दूजा मौसम इस तो पहला तुसी देखा सी कि बहुत ही ज़्यादा धुंद बदल सी, एक्चुअली एक पूरे का पूरा तुर के इधर आ गया सी बदल, तो हुण पूरी लाइट आ, ये कंटीन्यूअसली ये चेंज ओवर चलता आ रहा, तो बहुत सोहना भी लग रहा। पर जिहड़ी गल कंटीन्यूटी खराब हो रही है वीडियो की कोई गल नहीं, अपनी वीडियो बिना कंटीन्यूटी तो भी चल। देखो वो उधर पूरी धुंद है, पूरा बदल है, इधर ठीक है जी। अगे अपा मेरा ख्याल नैक्सट सीन करांगे जो हूँ, क्योंकि मैं ज़्यादा इस सीन बारे थोड़ा दिखा नहीं सकता, क्योंकि नहीं तो फिर सारा कुछ रिवील हो जाऊगा पहला है ना वीडियो। हो सकता है कि ये जो मेन शॉट ने ये मैं ना भी बिच एडिट करके पाव, पर बाद च दिखा दूंगा जो गाना रिलीज़ हो गया। पर जी गल जो मौसम आ जोड़े इतने ने खूबसूरती आ मस्त नज़ारा आ रहा, बहुत नज़ारा आ रहा। भाई ओ भाई नहीं भाई भाई ओ भाई नहीं कानू भाई याद हो गई यार